ਤਸਵੀਰਾਂ ਬਟਾਲਾ ਦੇ ਪਿੰਡ ਘੁੰਮਣ ਕਲਾਂ ਦੀਆਂ ਹਨ, ਜਿੱਥੇ ਕਿ BSF ਦੇ ਸਾਬਕਾ ਰਿਟਾਇਰਡ ਸਬ ਇੰਸਪੈਕਟਰ ਦੇ ਘਰ ਤੇ ਮੋਟਰਸਾਈਕਲ ਤੇ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ। ਹਾਲਾਂਕਿ ਹਮਲੇ ਦੇ ਵਿੱਚ ਕੋਈ ਵੀ ਵੱਡਾ ਨੁਕਸਾਨ ਤਾਂ ਨਹੀਂ ਹੋਇਆ ਹੈ, ਪਰ ਇਹ ਸਾਰੀ ਵਾਰਦਾਤ CCTV ਕੈਮਰੇ ਵਿੱਚ ਕੈਦ ਹੋਈ ਹੈ। ਪੀੜਤ ਸਬ ਇੰਸਪੈਕਟਰ ਨੇ ਸਾਰੀ ਘਟਨਾ ਸੰਬੰਧੀ ਹੋਰ ਜਾਣਕਾਰੀ ਦਿੱਤੀ। ਉੱਧਰ ਪੁਲਿਸ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੱਲ 9 ਵਜੇ ਦੀ ਗੱਲ ਹੈ, ਰਾਤ ਦੀ। ਬੱਚੇ ਸੈਰ ਕਰਕੇ ਅੰਦਰ ਆਏ ਸੀ, ਮੈਂ ਰੋਟੀ ਖਾਣ ਲੱਗਾ ਸੀ। ਬਾਹਰੋਂ ਮੈਨੂੰ ਸਾਊਂਡ ਸੁਣਿਆ ਅੱਗ ਦੀ ਲਪਟ, ਜਦੋਂ ਮੈਂ ਵੇਖੀ ਨਾ, ਮੈਂ ਜਾ ਕੇ ਵੇਖਿਆ ਵੀ ਉਹ ਬੋਤਲ ਦੋ ਉਹਨਾਂ ਨੇ ਬੋਤਲ ਬੰਬ ਸੁੱਟੇ ਸੀ ਬੰਦਿਆਂ ਨੇ। ਬੰਦਿਆਂ ਦੇ ਕੈਮਰੇ ਵਿੱਚ ਨਹੀਂ ਆਏ, ਰਾਤ ਹੋਣ ਕਰਕੇ ਮੂੰਹ ਢੱਕੇ ਸੀ ਉਹਨਾਂ ਨੇ। ਫਿਰ ਰਾਤ ਨੂੰ ਪੁਲਿਸ ਨੂੰ ਸੱਦਿਆ ਗਿਆ, ਸਵੇਰ ਵੀ ਪੁਲਿਸ ਆਈ ਆ, ਫੋਰੈਂਸਿਕ ਲੈਬ ਵਾਲੀ ਵੀ ਆਏ। ਅਤੇ ਸਾਡੀ ਤਾਂ ਇਹੀ ਆ ਹੁਣ ਮੰਗ ਆ ਵੀ ਪੁਲਿਸ ਜਿਹੜਾ ਹੈ ਉਹ ਬੰਦੇ ਨੂੰ ਲੱਭੇ। ਸਾਡੇ ਘਰ ਵਿਆਹ ਵੀ ਆ, ਫੰਕਸ਼ਨ ਆ। ਮੈਂ BSF ਦਾ ਰਿਟਾਇਰ ਆ, ਸਬ ਇੰਸਪੈਕਟਰ, ਅਤੇ ਵਿਆਹ ਵੀ ਆ ਸਾਡੇ ਘਰ। ਇਸ ਕਰਕੇ ਪੁਲਿਸ ਨੂੰ ਰਿਕੁਐਸਟ ਆ ਵੀ ਉਹ ਬੰਦਿਆਂ ਨੂੰ ਛੇਤੀ ਤੋਂ ਛੇਤੀ ਟਰੇਸ ਕੀਤਾ ਜਾਵੇ, ਗਾਂਹ ਤੋਂ ਇਹੋ ਜਿਹਾ ਕੰਮ ਉਹ ਨਾ ਕਰਨ। ਇਹੀ ਸਾਡੇ ਕੋਲ ਪੁਲਿਸ ਨੂੰ, SSP ਸਾਹਿਬ ਨੂੰ, SHO ਸਾਹਿਬ। ਕਿੰਨੇ ਸਮੇਂ ਤੋਂ ਇਸ ਪਿੰਡ 'ਚ ਰਹਿ ਰਹੇ ਹੋ? ਭਾਜੀ ਤਾਂ ਸਦੀਆਂ ਤੋਂ ਇੱਥੇ ਹੀ ਹੈ। ਕਿਸੇ ਨੇ ਕੋਈ ਰੰਜਿਸ਼? ਨਹੀਂ ਭਾਜੀ, ਨਹੀਂ, ਨੋ ਨੋ। ਕਿਹਦੇ ਘਰ ਨਹੀਂ ਜਾਂਦਾ ਮੈਂ, ਰੋਡ 'ਤੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਾਡੀ ਕੋਈ ਦੁਸ਼ਮਣੀ ਨਹੀਂ ਹੈ ਬੱਚਿਆਂ ਦੀ, ਕੋਈ ਲੈਣ ਦੇਣ ਨਹੀਂ। ਬੱਚੇ ਤਾਂ ਬਾਹਰ ਰਹਿੰਦੇ ਸਾਡੇ, 5 ਬੱਚੇ ਸਾਡੇ, 4 ਬਾਹਰ ਆ, ਉਹ ਵੀ ਆਏ ਆ। ਅਤੇ ਸਾਡੀ ਤਾਂ SSP ਸਾਹਿਬ, SHO ਸਾਹਿਬ ਨੂੰ ਇਹ ਰਿਕੁਐਸਟ ਆ ਵੀ ਬੰਦਿਆਂ ਨੂੰ ਫੜਿਆ ਜਾਵੇ ਛੇਤੀ ਤੋਂ ਛੇਤੀ, ਗਾਂਹ ਤੋਂ ਫਿਰ ਨਾ ਇਹੋ ਜਿਹਾ ਕੰਮ ਕਰਨ। ਹਾਂਜੀ, ਇਹ ਨਾ ਪੈਟਰੋਲ ਵਾਲੀ ਬੋਟਲ ਆ, ਮੇ ਬੀ ਪੈਟਰੋਲ ਹੈ ਜਾਂ ਦੂਜਾ ਹੈਗਾ ਤੇਲ, ਅਤੇ ਬੱਤੀ ਲਾ ਕੇ ਅੰਦਰ ਨੂੰ ਸਿੱਟੀ ਆ, ਅਤੇ ਵੈਰੀਫਾਈ ਕਰ ਰਹੇ ਹਾਂ। ਕੰਪਲੇਂਟ ਆ ਗਈ ਆ, ਅਤੇ ਕੰਪਲੇਂਟ ਦੇ ਮੁਤਾਬਕ ਕਾਰਵਾਈ ਕਰ ਦਿੰਦੇ ਹੈਗੇ। CCTV ਨਾਲ ਦੇ ਘਰ ਤੋਂ ਥੋੜ੍ਹਾ ਜਿਹਾ ਸਾਹਮਣੇ ਆਏ, ਲਾਈਟ ਵੀ ਨਹੀਂ ਸੀ ਚੱਲ ਰਹੀ ਉਸ ਗਲੀ ਦੀ। ਮੇਰੇ ਹਿਸਾਬ ਨਾਲ ਉਸੇ ਦਿਨ ਹੀ ਇਹ ਬੰਦ ਹੋਈ ਸੀ ਲਾਈਟ, ਅਤੇ ਉਹਦੇ ਵਿੱਚ ਧੁੰਦਲਾ ਜਿਹਾ ਦਿਖਾਈ ਦਿੰਦਾ ਵੀ ਮੇ ਬੀ 3 ਬੰਦੇ ਹੈਗੇ ਆ ਸ਼ਾਇਦ ਮੋਟਰਸਾਈਕਲ 'ਤੇ, ਅਤੇ ਪਰ ਹਜੇ ਉਹ ਮਤਲਬ ਉਹਨਾਂ ਦੀ ਸ਼ਕਲ ਦਾ ਜਾਂ ਉਹਨਾਂ ਦਾ ਪਤਾ ਨਹੀਂ ਲੱਗ ਰਿਹਾ। ਬਾਕੀ ਆਸੇ ਪਾਸੇ ਦੇ ਹੋਰ ਕੈਮਰੇ ਚੈੱਕ ਕਰਾਂਗੇ ਤਾਂ ਫਿਰ ਪਤਾ ਲੱਗੂਗਾ। ਹਜੇ ਤੀਕਰ ਇਹੋ ਜਿਹੀ ਗੱਲ ਸਾਹਮਣੇ ਤਾਂ ਨਹੀਂ ਆਏਗੀ, ਅਤੇ ਇਹਨਾਂ ਦੇ ਆਪਣਾ ਦੱਸਣਾ ਵੀ ਆ ਵੀ ਸਾਡੀ ਕਦੇ ਕਿਸੇ ਨਾਲ ਕੋਈ ਲੱਗ ਡੱਟ ਰਹੀ ਨਹੀਂ, ਅਤੇ ਆਸੇ ਪਾਸੇ ਦੇ ਲੋਕਾਂ ਤੋਂ ਵੀ ਵੈਰੀਫਾਈ ਕੀਤਾ, ਬਟ ਉਹ ਕਹਿ ਰਹੇ ਆ ਵੀ ਇਹਨਾਂ ਦੀ ਕਦੇ ਇੱਦਾਂ ਦੀ ਗੱਲ ਸੁਣੀ ਨੀਗੀ, ਵੀ ਬੜੇ ਸ਼ਾਂਤ ਪਰਸਨ ਹੈਗੇ ਨੇ। ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।